ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਆਪ ਦੀ ਸੇਵਾ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਨਵਾਂ ਪ੍ਰੋਗਰਾਮ ਮੇਰੇ ਸਤਿਗੁਰ ਬੋਲਦੇ। ਸੋ ਸਾਧ ਸੰਗਤ ਜੀ, ਇਸ ਤੋਂ ਭਾਵ ਕਿ ਸਾਡੇ ਗੁਰੂ ਸਾਡੇ ਨਾਲ ਕਿੱਦਾਂ ਗੱਲਾਂ ਕਰਦੇ ਹਨ, ਕੀ ਸਾਨੂੰ ਸਮਝਾਉਂਦੇ ਹਨ, ਕੀ ਸਾਡਾ ਫਰਜ਼ ਹੈ, ਕਿਸ ਕੰਮ ਅਸੀਂ ਇੱਥੇ ਆਏ ਹਾਂ ਮਾਤ ਲੋਕ 'ਤੇ, ਅਤੇ ਕੀ ਗੁਰੂ ਦਾ ਸਾਡੇ ਵਾਸਤੇ ਉਪਦੇਸ਼ ਹੈ, ਉਹਦੇ ਬਾਰੇ ਵਿਚਾਰ ਕਰਨ ਲਈ ਸਾਡੇ ਨਾਲ ਬੈਠੇ ਹਨ ਗਿਆਨੀ ਨਿਰਮਲ ਸਿੰਘ ਜੀ। ਅਤੇ ਆਪਾਂ ਅੱਜ ਇਹਨਾਂ ਨਾਲ ਵਿਚਾਰ ਕਰਾਂਗੇ ਵੀ ਇਨਸਾਨ ਦੇ ਵਿੱਚ ਕੀ ਗੁਣ ਆ, ਕੀ ਔਗੁਣ ਆ, ਅਤੇ ਸਾਨੂੰ ਗੁਰੂ ਕਿੱਦਾਂ ਸੰਬੋਧਨ ਕਰਦੇ ਹਨ। ਸੋ ਮੈਂ ਬੇਨਤੀ ਕਰੂੰਗਾ ਗਿਆਨੀ ਨਿਰਮਲ ਸਿੰਘ ਜੀ ਹੁਣਾਂ ਨੂੰ ਉਹ ਵਿਸਥਾਰ ਨਾਲ ਦੱਸਣ ਕਿ ਇਨਸਾਨ ਦੁਨੀਆ 'ਤੇ ਆਉਂਦਾ ਕਿਹੜੇ ਫਰਜ਼ ਆ ਉਹਦੇ 'ਤੇ, ਗੁਰੂ ਸਾਡੇ ਦੇ ਵੱਲੋਂ ਕੀ ਸਾਨੂੰ ਸਮਝਾਉਂਦੇ ਹਨ। ਸਭ ਤੋਂ ਪਹਿਲਾਂ ਤਾਂ ਅਕਾਲ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦਾਸ ਵੱਲੋਂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਵਾਰ ਗੱਲ ਇੱਥੇ ਛੱਡੀ ਸੀ ਕਿ ਬੰਦੇ ਖੋਜ ਦਿਲ ਹਰ ਰੋਜ਼, ਫਿਰਨਾ ਪਰੇਸ਼ਾਨੀ ਮਾਹੇ। ਅਤੇ ਜਿਹੜੀਆਂ ਪਰੇਸ਼ਾਨੀਆਂ ਹੈ, ਆਪਾਂ ਇਹਦੇ ਬਾਰੇ ਸਤਿਗੁਰਾਂ ਦੇ ਨਾਲ ਗੱਲ ਕਰਕੇ ਕਿ ਸਤਿਗੁਰ ਕੀ ਬੋਲ ਰਹੇ ਹਨ, ਕੀ ਸਾਨੂੰ ਸਮਝਾਉਂਦੇ ਹਨ ਬੋਲ ਕੇ, ਕਿ ਜਿਹੜੀਆਂ ਪਰੇਸ਼ਾਨੀਆਂ ਹਨ ਇਹਨਾਂ ਤੋਂ ਕਿਵੇਂ ਬਚਣਾ ਹੈ। ਫਿਰਨਾ ਤੋਂ ਭਾਵ ਕਿ ਇਸੇ ਤਰ੍ਹਾਂ ਹੀ ਜ਼ਿੰਦਗੀ ਬਤੀਤ ਨਾ ਕਰੀ ਜਾ ਪਰੇਸ਼ਾਨੀਆਂ ਦੇ ਵਿੱਚ, ਅਤੇ ਉਸ ਦਾ ਹੱਲ ਦੱਸਿਆ ਕਿ ਆਪਣੇ ਦਿਲ ਨੂੰ ਖੋਜ। ਹੁਣ ਗੱਲ ਇਹ ਹੈ ਕਿ ਪਹਿਲੀ ਗੱਲ ਆਪਾਂ ਇਹ ਸਮਝਣ ਦਾ ਯਤਨ ਕਰੀਏ ਕਿ ਅਸਲ ਦੇ ਵਿੱਚ ਇਨਸਾਨ ਨੂੰ ਪਰੇਸ਼ਾਨੀਆਂ ਹੈ ਕੀ। ਪਰੇਸ਼ਾਨੀ ਦੇ ਕਾਰਨ ਹਮੇਸ਼ਾ ਹੀ ਇਹ ਹੁੰਦੇ ਆ ਕਿ ਕਿਸੇ ਚੀਜ਼ ਦਾ ਡਰ, ਕਿਸੇ ਚੀਜ਼ ਦੀ ਚਿੰਤਾ, ਕਿਸੇ ਤਰ੍ਹਾਂ ਦਾ ਫਿਕਰ, ਇਹ ਸਾਰੇ ਜਿਹੜੇ ਮਨ ਦੇ ਡਰ ਹੈ ਇਹਦੇ ਨਾਲ ਬੰਦਾ ਪਰੇਸ਼ਾਨ ਹੋ ਜਾਂਦਾ। ਅਤੇ ਜਿਵੇਂ ਭਗਤ ਜੀ ਦੀ ਬਾਣੀ, ਆਪਾਂ ਆਹ ਸੰਟੈਂਸ ਜਿਹੜੇ ਸੀ ਸਤਿਗੁਰਾਂ ਦੀ ਬਾਣੀ ਦੇ ਵਿੱਚ, ਕਿਉਂਕਿ ਅਸੀਂ ਜਦੋਂ ਸਤਿਗੁਰੂ ਦੀ ਗੱਲ ਕਰਦੇ ਹਾਂ ਤਾਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਸਾਡਾ ਸਤਿਗੁਰੂ ਇਸ ਵਕਤ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹਦੇ ਵਿੱਚ ਇਹ ਗੱਲ ਵਿਚਾਰ ਕਰਨ ਦੀ ਲੋੜ ਨਹੀਂ ਕਿ ਉਹ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਹੈ, ਕਿਹੜੇ ਭਗਤ ਦੀ ਬਾਣੀ ਹੈ, ਕਿਹੜੇ ਗੁਰਸਿੱਖ ਦੀ ਬਾਣੀ ਹੈ। ਗੱਲ ਇਹ ਹੈ ਕਿ ਸਾਂਝੇ ਤੌਰ 'ਤੇ ਸਾਡਾ ਸਤਿਗੁਰੂ ਜਿਹੜਾ ਹੈ ਉਹ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਸੋ ਜੇਕਰ ਅਸੀਂ ਆਪਣੇ ਦਿਲ ਦੇ ਅੰਦਰ ਖੋਜ ਕਰ ਲਈਏ ਅਤੇ ਆਪਣੇ ਮਨ ਦੇ ਨਾਲ ਵਿਚਾਰ ਕਰੀਏ, ਅਤੇ ਗੁਰੂ ਸਾਹਿਬਾਨ ਫਿਰ ਸਾਨੂੰ ਕਹਿੰਦੇ ਹਨ ਕਿ ਫਿਰ ਇਹ ਜਿਹੜਾ ਜੀਵਨ ਹੈ ਪਰੇਸ਼ਾਨੀ ਦੇ ਵਿੱਚ ਨਹੀਂ ਬੀਤਦਾ। ਹੁਣ ਪਰੇਸ਼ਾਨੀ ਕਾਹਦੀ ਹੈ, ਡਰ ਕਾਹਦਾ ਹੈ, ਫਿਕਰ ਕਾਹਦਾ ਹੈ, ਚਿੰਤਾ ਕਾਹਦੀ ਹੈ, ਅਤੇ ਇਹ ਗੱਲ ਆਪਾਂ ਨੂੰ ਮੰਨਣੀ ਪਏਗੀ ਕਿ ਡਰ ਜਾਂ ਚਿੰਤਾ ਜਾਂ ਝੋਰਾ ਜਿਹੜਾ ਹੈ ਉਹ ਹਮੇਸ਼ਾ ਔਗਣਾ ਕਰਕੇ ਹੀ ਹੁੰਦਾ, ਕਿਉਂਕਿ ਸਾਡੇ ਅੰਦਰ ਕੋਈ ਨਾ ਕੋਈ ਕਮੀ ਹੈ, ਕੋਈ ਨਾ ਕੋਈ ਖਾਮੀ ਹੈ। ਹੁਣ ਐਗਜ਼ਾਮਪਲ ਇੱਕ ਚੋਰ ਚੋਰੀ ਕਰਦਾ ਹੈ, ਅਤੇ ਉਹ ਚੋਰੀ ਕਰਕੇ ਚਾਹੇ ਉਹ ਕਾਰ ਦੇ ਵਿੱਚ ਵੀ ਜਾ ਰਿਹਾ ਹੈ ਅਤੇ ਅਚਾਨਕ ਹੀ ਪਿੱਛੋਂ ਗੱਡੀ ਪੁਲਿਸ ਦੀ ਆਉਂਦੀ, ਅਲਾਰਮ ਵੱਜਦਾ ਹੈ, ਬੇਸ਼ੱਕ ਉਹ ਅਚਾਨਕ ਹੀ ਗੱਡੀ ਆ ਗਈ ਹੈ, ਉਹ ਕਿਸੇ ਹੋਰ ਕੰਮ ਵਾਸਤੇ ਵੀ ਪੁਲਿਸ ਜਾ ਰਹੀ ਹੈ, ਲੇਕਿਨ ਚੋਰ ਦੇ ਮਨ ਦੇ ਵਿੱਚ ਡਰ ਪੈ ਜਾਂਦਾ ਕਿ ਇਹ ਸ਼ਾਇਦ ਮੇਰਾ ਹੀ ਪਿੱਛਾ ਕਰ ਰਿਹਾ। ਚੋਰ ਨੂੰ ਆਪਣਾ ਪਾਲਾ, ਚੋਰ ਨੂੰ ਆਪਣਾ ਪਾਲਾ, ਇੱਕ ਕਹਾਵਤ ਵੀ ਆਪਾਂ ਜਾਣਦੇ। ਸੋ ਇਹ ਜਿਹੜੇ ਔਗਣ ਆ, ਇਹ ਸਾਨੂੰ ਹਰ ਵਕਤ ਡਰ ਸਾਡੇ ਅੰਦਰ ਬਣਿਆ ਰਹਿੰਦਾ, ਕਿਉਂਕਿ ਸਾਨੂੰ ਪਤਾ ਹੁੰਦਾ ਕਿ ਸਾਡੇ ਅੰਦਰ ਖਾਮੀਆਂ, ਔਰ ਉਹਨਾਂ ਔਗਣਾਂ ਦਾ ਕਰਕੇ ਅਸੀਂ ਹਮੇਸ਼ਾ ਡਰ ਦੇ ਵਿੱਚ ਰਹਿੰਦੇ ਹਾਂ। ਫਿਰ ਦੁਨਿਆਵੀ ਤੌਰ 'ਤੇ ਸਾਡੇ ਬਹੁਤ ਵੱਡੇ ਡਰ ਹਨ, ਕਿਉਂਕਿ ਅਸੀਂ ਸਮਾਜਿਕ ਤੌਰ 'ਤੇ ਪਰਿਵਾਰਾਂ ਦੇ ਵਿੱਚ ਕਈ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਹਨ ਜਿਹੜੀਆਂ ਦੇ ਨਾਲ ਸਾਡਾ ਮਨ ਸਹਿਮਤ ਨਹੀਂ ਹੁੰਦਾ, ਫਿਰ ਅਸੀਂ ਪਰੇਸ਼ਾਨ ਹੋ ਜਾਂਦੇ। ਪਰ ਕਈ ਲੋਕ ਸਾਡੇ ਵਿੱਚ ਇਹੋ ਜਿਹੀ ਭਾਵਨਾ ਵੀ ਆ ਜਾਂਦੀ ਹੈ ਕਿ ਕਿਸੇ ਵੇਲੇ ਜਦੋਂ ਅਸੀਂ ਫਾਈਨੈਂਸ਼ੀਅਲੀ ਵੀ ਕਮਜ਼ੋਰ ਹੋ ਜਾਈਏ
तो मन विच डर पैदा हो जांदा है, लोक लज्जिया नूं कई को करना पैंदा जी। बिलकुल, इस करके गुरु नानक देव जी महाराज की बाणी दे विच वी सानूं बोल के समझाउंदे कि नानक चिंता मत करो, चिंता तिस ही है। पर ये जीव दे अंदर एहो जिहियां कमजोरियां है, एहो जिहे औगण है, क्योंकि इंसान दे अंदर सब तो वड्डी जिहड़ी तृष्णा की भुख है, बिलकुल ये बड़ा तंग करती है। फिर इंसान दे अंदर कमजोरी है झूठ बोलण दी, जदों बंदा झूठ बोल दिंदा है ते मन विच ये हमेशा डर बनया रहिंदा कि किते सच दा पता ना लग जावे, फिर झूठ ते झूठ बोली जांदा, फिर उस तो होर ज्यादा झूठ बोलदा। ये किते हुए साडे ही पैदा है, जिन्ने भी डर है ये जीव दे अपने ही पैदा किते। जेकर जीव सही रास्ते ते चले तो फिर उसनू कोई डर नहीं। हुण एग्जाम्पल आपां कुछ कीता नहीं तो पुलिस की गड्डी जिवें मर्जी सायरन वजाए भी जाए डर ही नहीं कोई, तो कोई आपां नूं फर्क नहीं पैंदा। इसे तरह ही जिहड़े आत्मक तौर ते साडे अंदर काम क्रोध लोभ मोह हंकार पंजे ठग जिहड़े ये जिहड़े परमात्मा ने साडे नाल ही इन्हां नूं पैदा कीता, तोर दित्ता है कि तुस जीव नूं नाल नाल रहना है ते ये देखना है कि इहदे च आत्मक बल किन्ना क है उन्हां दे नाल लड़न दा। फिर उहदे विच असीं लगभग जिहड़े साडे वर्गे जीव है कमजोर ही पै जांदे आ असीं मजोरिटी, क्योंकि आपां इह बार बार जिक्र आउणा है हर वारी कि हैंड बिरले ना ही कणे, ये गल सानूं बार बार कहनी पैणी है क्योंकि साडा जिहड़ा टॉपिक है उह इस वल नूं सानूं लै के जाया करेगा। उह विरले आ जिन्हां दे मन दे विच कोई झोरा नहीं, कोई डर नहीं, कोई फिक्र नहीं, कोई परेशानी नहीं, पर वो तद है क्योंकि उन्होंने साढ़े सतगुरु के नाल जुड़ गए, एकमिक हो गए, उन्होंने इस उन्हां दी गल नूं सुन लिया कि सतगुरु की बोल के सानूं दस रहा है। जिन्होंने समझ ली गल उन्होंने मन विचों सारे डर सारिया परेशानियां खत्म हो गई ते वह बेफिक्र हो गए। तद ही उन्होंने कहा फैल फकड़ संसार हैन बिरले ना ही कणे, फैल फकड़ संसार, कहना यार इन्हू तो कोई फिक्र नहीं, इन कोई चिंता नहीं, यह बस एक किस्म का फैल फकड़ ही है। अच्छा वो पर हैन बिरले इस तो भाव यही निकलता कि बहुत परसेंटेज की गल करिए तो फिर असी एक परसेंट भी नहीं कह सकते क्योंकि शायद पता नहीं किन्ने किन्ने पॉइंट जीरो 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 किनिया ला के कितने एक लाइए तो शायद विरला जिहड़ा उहदा नंबर आएगा। सो वह बहुत घट हैं तो असी साडी मजोरिटी है जिहड़े असी डरन वाले हैं परेशानियों दे विच फिरन वाले हैं। इसे करके असी इस चीज़ नूं इस टॉपिक ते नाल नाल चलदे होए समझना है कि असल दे विच फिर असी करिए की ते उहदे लई सानूं फिर ये देखना पएगा कि गुरु साहिबान सानूं बोल के पहला तो वह परमात्मा के गुणों की गल करदे ते उहदे बारे आपां नूं सोचना पएगा कि वह परमात्मा दे विच किहो जिहा गुण है। हाँ जी हाँ जी, ते गुणा बारे तुसीं अकाल पुरख के गुणा बारे संगतां नूं विस्तार नाल दसो ते ये मान लो आपां गुरु घर आउने आ ते उत्थों आपां नूं की लाहा लैणा चाहीदा ते की प्राप्ति करनी चाहीदी ते गुरु सानूं की संबोधन करदे आ इहदे बारे जरूर दसो तुसीं संगतां नूं तां कि आपां गुरु घर आ के अपना जिहड़ा समें दा वह लाहा लै सकीए समां जाई ना जावे। जी ये सब तो मेन जिहड़ी गल समझण दी है वह आपां इसे करके हले आपां उस टॉपिक वल नूं तदे नहीं चल रहे क्योंकि आप पहला बेसिक गल समझ लीए कि मुढ़लियां गल्लां कीड़ियां जिन्हां नूं आपां नूं ध्यान दे विच लैणा चाहीदा है ते किस तरह असीं सफल हो सकते हैं कि असीं सतगुरां दी गल नूं समझण दे योग हो जाइए। ते सब तो पहला तो यह है कि आपां सारे जाणदे हैं कि कई विद्वानां दे इदां दे विचार भी सुनन नूं आ जांदे आ कि सब तो छोटा स्वरूप जिहड़ा है वह गुरमंत्र दा है, वाहेगुरु उहदे विच ही उस अकाल पुरख दे सारे गुण आ जांदे आ, क्योंकि जिहड़ा वाहेगुरु भाव है कि आपां इंग्लिश दे विच वंडरफुल कह दिंदे वाह, इहो जी चीज़ जिहनूं देख के बंदे दे मूँह दे विचों वाह निकल जावे उहदी सुंदरता उहदे गुण उहदे विच किन्ने होणगे, क्योंकि आम तौर पर असी इन्नी छेती लफ्ज़ निकलता नहीं
वाह उदो ही मूंह दे विचों निकलता है जदों असीं कोई इहो जी चीज देख लीए जिहदी सुंदरता आपां पहलां कदे देखी ना हो, अंदरों हैरान हुंदा बंदा, अंदरों निकलदी आवाज वाह, उह चीज जिहड़ी है उह विद्वान ने कहा कि उह इक सारे गुण जिहड़े है परमात्मा दे उह इसे ही इक लफ्ज दे विच आ जांदे आ वाहगुरु। अच्छा फिर उसनों अगे फिर खोल के थोड़ा जिहा गुरु नानक देव जी महाराज ने गुरमंत्र तो अगे फिर मूल मंत्र का उच्चारण किया और मूल मंत्र दे विच सिर्फ उस अकाल पुरख के गुणा नूं होर थोड़ा जिहा वाहगुरु तो जाके अगे थोड़ा जिहा होर उहनूं विस्तार दे नाल दसना किया है कि पहली गल तो यह है कि जदों गुरु नानक देव जी महाराज इस जगत दे विच प्रकाशमान होए उस वेले आपां जानदे हां कि मेन जिहड़े सी उह तीन धर्म चलदे सी, हिंदूइज्म सी, मुस्लिम ते ईसाई। अच्छा इन्हां दे विच इह वड्डी प्रॉब्लम आ गई कि हर एक ये जिन्ने भी मैसेंजर जां जिन्ने भी ये गॉड परमात्मा दे भेजे हुए जीव सी असीं किसे भी धर्म की निखेधी नहीं करदे, सारे धर्म आप अपनी जगह अच्छे है क्योंकि जेडे बेसिक उन्होंने मुढ़ले पॉइंट है वह सारे लगभग मिलते ही है एको जे रलते हैं। ये ठीक है कि उन्होंने बाद पैरोकारा ने मतलब उन्होंने पैरोकारा ने उन्होंने मिसयूज करना शुरू कर दिता अपने स्वार्थ वास्ते। अज असी जे सिखिज्म वल की गल करिए तो अज साडे विच भी कुछ लोग जो स्वार्थी है वह पैदा हो गया तो उन्होंने धर्म करके बिगाड़ना शुरू कर दिता। पर यह चीज़ा जिहड़ियां है जिहड़े जिहड़ा बेसिक है उहदे विच तां हर एक धर्म ने इंसानियत ही इंसान नूं सिखाउण दी कोशिश कीती है पर उहनां विच जिहड़ी साडा सिख धर्म दे नाल उहनां दा जिहड़ा विखरेवां जिथों शुरू हुंदा उह इह है कि गुरु साहिबां ने इक पिरत जिहड़ी चलाई उह इह सी कि जीव नूं परमात्मा दे नाल जोड़ना अपने नाल नहीं, जबकि पहले धर्मां दे विच उन्होंने मनुखता नूं अपने नाल जोड़िया, लोगों ने उन्होंने स्टैचू बना लिया, उन्हां दीआं मूर्तियां बना लिया ते उन्हां दी पूजा करनी शुरू कर दित्ती। इत्थों तक कि कई बार जे हुण भी अजकल भी जे उह कोई इहो जिहियां फिल्मां बनाउंदे जां कोई सीरियल बनाउंदे ते उन्हां विच भी उह शरेआम इह गल कहिंदे कि मैं ही परमात्मा। इह चीज़ां जिहड़ियां सीगियां इह वैसे परमात्मा दे हुक्म अदुली करन वाली गल है क्योंकि उन्होंने ये चीज़ की। पर गुरु नानक साहब ने यह दस्या मनुखता नूं कि नहीं भाई असी तो उस परमात्मा दे भेजे हुए एक बहुत अपने आप नूं कदे उन्होंने उच्चा दस्या ही नहीं, इत्थों तक भी कहता हम नहीं चंगे बुरा नहीं कोई, पर अकाल पुरख प्रभु दे नाल जुड़न की गल की तो इसे करके पहला उन्होंने आरंभता ही एक तो की कि जेकर आपां दूसरे धर्मां दी गल चलीए तां हिंदू मत दे विच देवी देवतां दी कोई गिणती नहीं। पहली तां गल ओह जिहड़े कोई मनुखी देह दे विच आए उहनां दी गल तां छड्डो, उत्थे तां पिप्पल ते सप ते पता नहीं किहड़े किहड़े चीज़ां नूं पूजी जांदे लोग ओह सारिआं नूं उहनां ने अपना देवता मन लिया। पर गुरु नानक देव जी महाराज ने कहा नहीं परमात्मा सिर्फ एक है, नाल ही उन्होंने उस वेले का जो प्रचलित ओम सी ओह ला के ओम अंकार वो परमात्मा जिहड़ा वह एक है, एक इहदा वड्डा सब तो गुण है कि उहदे वर्गा होर कोई है ही नहीं, यह सब तो वड्डा गुण है। तो दवाना जाणीए जां साहिब धरे प्यार मंदा जाने आपको अबल पदा संसार गुरु उन्हां दा प्रतीक जी उन्हां दा। इस करके गुरु नानक देव जी महाराज ने पहला तो एक ओंकार कह के उहदा गुण यह दस्सिया कि जिहड़ा परमात्मा है वो एक है और उस वर्गा होर कोई है नहीं, इस करके वाहगुरु है वो वंडरफुल है, उहदे वर्गा कोई होर है नहीं। अच्छा उस तो अगे उन्होंने कहता कि सत नाम, फिर उहदा गुण जिहड़ा वधिया गुण ये सी क्योंकि असी कलजुगी जीव कूड दे नाल जुड़े हैं बिल्कुल, ते परमात्मा का नाम जिहड़ा है वह सच्चा है और सच्चे तो भाव आप एक गल ही नहीं कि मैं आ सच्ची गल करना यह गल नहीं, सच तो भाव है जिहड़ी चीज कदे खत्म नहीं होनी, बाकी सारा कुछ असी जिहड़ा अखां दे नाल देखदे हैं दुनियावी चीज़ां जिन्नियां भी है
ईवन असी सारे जीव अपन देखते हैं कि अपने अपने समय अनुसार जीव पैदा होंदा है, खत्म हो जाता है। समा है हर चीज़ का, लेकिन हर चीज़ नाशवान है। लेकिन जेकर कोई चीज़ कदे भी ना खत्म होने वाली है तो वह परमात्मा का नाम सच्चा है। फिर करता और पुरख, करता पुरख। हुण पुरख जिहड़ा है, आपां पुरख इस्त्री गल करदे आ, ही और शी दी गल करदे आ, ते गुरबाणी दे विच बार बार सानू गुरु साहिबां ने उपदेश दिता है, इस बारे बड़ा क्लीयर कीता है कि असीं जीव जिन्ने भी आ, चाहे मेल ते चाहे फीमेल है, बट असीं फीमेल ही आ, असीं उहदियां पत्नियां ही आ, इस्त्री रूप ही आ, इस्त्री रूप ही हाँ। ते साडा सारिआं दा पति जिहड़ा है उह इक उह अकाल पुरख परमात्मा है। ਉਹ ਪਰਮਾਤਮਾ ਜਿਹੜਾ ਹੈ ਉਹ ਅਕਾਲ ਹੈ, ਕਾਲ ਸਮੇਂ ਤੋਂ ਰਹਿਤ ਹੈ। ਸਮਾਂ ਉਹਦੇ 'ਤੇ ਕੋਈ ਪ੍ਰਭਾਵ ਨਹੀਂ ਪਾਉਂਦਾ, ਕਿਉਂਕਿ ਉਹ ਨਾ ਕਦੇ ਪਾਸਟ ਸੈਂਟੈਂਸ ਵਿੱਚ ਜਾਂਦਾ ਹੈ, ਨਾ ਪ੍ਰੈਜੈਂਟ, ਅਤੇ ਨਾ ਫਿਰ ਉਹ ਹਾਲ ਆਲਵੇਜ਼ ਹੈ, ਹਰ ਵੇਲੇ ਹਾਜ਼ਰ ਆ, ਕਿਉਂਕਿ ਕਾਲ ਨੇ ਉਹਨੂੰ ਖਤਮ ਨਹੀਂ ਕਰਨਾ। ਅਸੀਂ ਸਾਰੇ ਜੀਵ ਜੋ ਕੁਛ ਵੀ ਉਤਪਤੀ ਪਰਮਾਤਮਾ ਨੇ ਰਚਨਾ ਕੀਤੀ ਹੈ ਉਹ ਕਰਤਾ, ਹਰ ਇੱਕ ਚੀਜ਼ ਜਿਹੜਾ ਹੈ ਉਹ ਕਰਤਾ ਜਿਹੜਾ ਪੈਦਾ ਕਰ ਰਿਹਾ ਨਾ, ਇੱਕੋ ਇੱਕ ਪੁਰਖ ਹੈ। ਫਿਰ ਉਹਦੇ ਗੁਣ ਇਹ ਹੈ ਕਿ ਉਹ ਚੀਜ਼ਾਂ ਨੂੰ ਰਚਨਾ ਜਿਹੜੀ ਉਹ ਸਾਰੀ ਉਹਨੇ ਕੀਤੀ ਹੈ। ਔਰ ਫਿਰ ਚੀਜ਼ਾਂ ਆਪਾਂ ਦੇਖੀਏ ਕਿੰਨੀ ਤਰ੍ਹਾਂ ਦੀ ਚੀਜ਼ ਬਣਾਈ ਹੈ, ਚਾਹੇ ਉਹ ਬਨਸਪਤੀ ਦੀ ਗੱਲ ਕਰ ਲਈਏ, ਬੰਦਾ ਗਿਣ ਹੀ ਨਹੀਂ ਸਕਦਾ, ਇੰਨੀ ਅਣਗਿਣਤ ਅਣਗਿਣਤੀ ਹਰ ਚੀਜ਼ ਕਿੰਨੀ ਨਾਪ ਤੋਲ ਕੇ ਬਣਾਈ ਹੈ। ਸੋ ਇਸ ਕਰਕੇ ਉਹ ਪਰਮਾਤਮਾ ਹੀ ਇੱਕ ਪੁਰਖ ਹੈ ਜਿਹੜਾ ਸਾਰੀ ਰਚਨਾ ਕਰਦਾ ਹੈ, ਇਹ ਉਹਦਾ ਵੱਡਾ ਗੁਣ ਹੈ। ਫਿਰ ਉਸ ਦਾ ਹੋਰ ਅੱਗੇ ਗੁਣ ਦੱਸਦੇ ਕਿ ਉਹ, ਆਪਾਂ ਜਿਹੜੀ ਗੱਲ ਪਹਿਲਾਂ ਸ਼ੁਰੂ ਕੀਤੀ ਸੀ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ, ਫਿਰ ਪਰ ਉਹਨਾਂ ਨੇ ਕਹਿਤਾ ਕਿ ਉਹਦਾ ਤਾਂ ਗੁਣ ਇੱਦਾਂ ਦਾ ਹੈ ਕਿ ਉਹ ਡਰਦਾ ਹੀ ਕਿਸੇ ਤੋਂ ਨਹੀਂ, ਉਹਨੂੰ ਕੋਈ ਡਰ ਹੀ ਨਹੀਂ, ਨਿਰਭਉ ਹੈ, ਵੈਰ ਨਹੀਂ, ਫਿਰ ਨਿਰਵੈਰ ਹੈ, ਉਹ ਕਿਸੇ ਨਾਲ ਦੁਸ਼ਮਣੀ ਨਹੀਂ, ਕਿਸੇ ਨਾਲ ਵੈਰ ਨਹੀਂ ਉਹਦਾ, ਇਹ ਉਹਦਾ ਵੱਡਾ ਗੁਣ ਹੈ। ਅਕਾਲ ਹੈ, ਉਹ ਕਾਲ ਤੋਂ ਰਹਿਤ ਹੈ, ਕਿਉਂਕਿ ਹਰ ਚੀਜ਼ ਨੇ ਜਾਣਾ ਲੇਕਿਨ ਉਹਨੇ ਹਮੇਸ਼ਾ ਰਹਿਣਾ। ਮੂਰਤ, ਉਹਦੀ ਕੋਈ ਮੂਰਤ, ਉਹਦੀ ਕੋਈ ਨਿਸ਼ਾਨ ਨਹੀਂ, ਕੋਈ ਸ਼ਕਲ ਨਹੀਂ, ਕੋਈ ਚਿੰਨ ਚੱਕਰ ਨਹੀਂ ਗਿਆ। ਆਪਾਂ ਅਗਰ ਕਿਸੇ ਵੀ ਚੀਜ਼ ਦੀ ਗੱਲ ਕਰੀਏ ਤਾਂ ਆਪਾਂ ਨੂੰ ਡਰਾ ਕਰਕੇ ਵੀ ਕਈ ਵਾਰੀ ਸਮਝਾ ਦਿੰਦੇ ਕਿ ਉਹ ਇਸ ਤਰ੍ਹਾਂ ਦਾ, ਲੇਕਿਨ ਉਸ ਪਰਮਾਤਮਾ ਦੇ ਗੁਣ ਇਹੋ ਜਿਹਾ ਕਿ ਉਹ ਸਾਰਾ ਕੁਝ ਕਰਨ ਦੇ ਸਮਰੱਥ ਹੈ ਔਰ ਹਰ ਜਗ੍ਹਾ ਵਿਆਪਕ ਹੈ, ਲੇਕਿਨ ਉਹਦਾ ਕੋਈ ਨਿਸ਼ਾਨ ਨਹੀਂ, ਉਹਦੀ ਕੋਈ ਸ਼ਕਲ ਨਹੀਂ, ਉਹਦੀ ਕੋਈ ਸੂਰਤ ਨਹੀਂ। ਫਿਰ ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਕਿਉਂਕਿ ਜਦੋਂ ਜੂਨ ਦੇ ਵਿੱਚ ਆ ਗਈ ਚੀਜ਼ ਫਿਰ ਨਾਲ ਸ਼ਕਲ ਵੀ ਆਉਣੀ ਹੈ, ਜਿਹੜੀ ਚੀਜ਼ ਨੇ ਪੈਦਾ ਹੋਣਾ ਤਾਂ ਉਹਦੀ ਸ਼ਕਲ ਵੀ ਬਣਨੀ। ਇਸ ਕਰਕੇ ਉਹ ਉਹਦਾ ਇਹ ਵੀ ਗੁਣ ਹੈ ਕਿ ਉਹ ਜੂਨਾਂ ਤੋਂ ਰਹਿਤ ਹੈ, ਜੂਨ ਦੇ ਵਿੱਚ ਨਹੀਂ ਆਉਂਦਾ। ਅਤੇ ਫਿਰ ਗੱਲ ਇਹ ਹੁੰਦੀ ਕਿ ਫਿਰ ਉਹ ਹੈ ਕੀ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਪ ਹੀ ਇੱਕ ਕਿਸਮ ਦਾ ਇਹੋ ਜਿਹਾ ਇੱਥੇ ਆ ਕੇ ਕੁਐਸਚਨ ਮਾਰਕ ਬਣਾ ਦਿੰਦੇ ਆ ਵੀ ਉਹ ਇਹ ਵੀ ਨਹੀਂ, ਉਹ ਇਹ ਵੀ ਨਹੀਂ, ਅਤੇ ਫਿਰ ਉਹ ਹੈ ਕੀ। ਤਾਂ ਫਿਰ ਨਾਲ ਹੀ ਜਵਾਬ ਦਾ ਸਾਨੂੰ ਸਮਝਾਉਣ ਵਾਸਤੇ ਦਿੰਦੇ ਸੈ ਭੰਗ, ਸੈ ਤੋਂ ਭਾਵ ਸਵੈ, ਆਪਣੇ ਆਪ ਤੋਂ ਪੈਦਾ ਹੋਇਆ, ਇੱਕ ਇੱਕ ਕਿਸੇ ਦੀ ਚੀਜ਼ ਪੈਦਾ ਹੋਈ ਕੀਤੀ ਹੋਈ, ਜਿਵੇਂ ਅਸੀਂ ਜੀਵ ਵੀ ਹਾਂ, ਅਸੀਂ ਮਾਂ ਪਿਓ ਤੋਂ ਬਿੰਦ ਰਕਤ ਤੋਂ ਬਣੇ ਹੋਏ ਜੀਵ ਆ, ਪੈਦਾ ਹੁੰਦੇ ਆ, ਲੇਕਿਨ ਉਹ ਆਪਣੇ ਆਪ ਤੋਂ ਪੈਦਾ ਹੋਈ ਚੀਜ਼ ਔਰ ਹੈ ਕੀ, ਪ੍ਰਕਾਸ਼ ਭੰਗ, ਆਪਣੇ ਆਪ ਤੋਂ ਪੈਦਾ ਹੋਇਆ ਇੱਕ ਪ੍ਰਕਾਸ਼, ਇੱਕ ਲਾਈਟ ਹੈ, ਔਰ ਉਹ ਪ੍ਰਕਾਸ਼ ਜਿਹੜਾ ਸਾਡੇ ਸਾਰੇ ਹੀ ਜਿੰਨੀ ਵੀ ਉਤਪਤੀ ਉਸ ਅਕਾਲ ਪੁਰਖ ਨੇ ਬਣਾਈ, ਹਰ ਹਰ ਇੱਕ ਜਗ੍ਹਾ ਉਹ ਵਸ ਰਹੀ ਹੈ, ਹਰ ਇੱਕ ਦੇ ਅੰਦਰ ਹੈ। ਫਿਰ ਉਸ ਅਕਾਲ ਪੁਰਖ ਨੇ ਜਿਹੜੀ ਆਪਣੇ ਆਪ ਬਣੀ ਹੋਈ ਪ੍ਰਕਾਸ਼ ਹੈ, ਉਸ ਨੂੰ ਦੇਖਿਆ ਕਿਵੇਂ ਜਾ ਸਕਦਾ ਹੈ? ਨਾਲ ਹੀ ਫਿਰ ਸਾਨੂੰ ਇਹ ਵੀ ਦੱਸ ਦਿੱਤਾ ਕਿ ਗੁਰ ਪ੍ਰਸਾਦ, ਇਹ ਉਹ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ ਪ੍ਰਕਾਸ਼ ਹੈ, ਉਹ ਪਰਮਾਤਮਾ ਰੂਪੀ ਜਿਹੜੀ ਲਾਈਟ ਹੈ, ਉਸ ਨੂੰ ਦੇਖਣਾ ਤਦੇ ਹੀ ਸੰਭਵ ਹੈ ਜੇ ਸਾਡਾ ਸਤਿਗੁਰੂ ਕਿਰਪਾ ਕਰ ਦੇ। ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਅਸੀਂ ਉਸ ਨੂੰ ਦੇਖ ਨਹੀਂ ਸਕਦੇ। ਸੋ ਇਹ ਗੁਣ ਦੱਸੇ ਪਰਮਾਤਮਾ ਦੇ ਕਿ ਉਸ ਦੇ ਵਿੱਚ ਇਹ ਗੁਣ ਹਨ, ਅਤੇ ਇਹ ਗੁਣ ਹੁਣ ਜਿਹੜੀ ਵੀ ਕੋਈ ਚੀਜ਼ ਹੈ, ਜੇਕਰ ਉਸ ਚੀਜ਼ ਦੇ ਨਾਲ ਮਿਲਣਾ ਹੈ ਤਾਂ ਉਹਦੇ ਵਰਗੀ ਹੋਏਗੀ ਤਾਂ ਮਿਲੇਗੀ ਨਾ। ਬਿਲਕੁਲ ਬਿਲਕੁਲ।
ਹੁਣ ਪਾਣੀ ਦੇ ਦੁੱਧ ਦਾ ਹੈ ਤਰਲ ਪਦਾਰਥ ਹੈ ਕਈ ਕੈਮੀਕਲ ਜਿਹੜੇ ਤਰਲ ਹੈ ਲੇਕਿਨ ਉਹਨਾਂ ਨੇ ਜਦੋਂ ਆਪਸ ਵਿੱਚ ਮਿਲੀ ਮਿਲਾ ਦਈਏ ਨਾ ਤਦ ਵੀ ਉਹਨਾਂ ਦਾ ਵਖਰੇਵਾਂ ਵੀ ਹੋ ਜਾਂਦਾ ਮਹਿਸੂਸ ਹੁੰਦਾ ਹਾਂਜੀ ਉਹਨਾਂ ਨੂੰ ਵੱਖਰਾ ਵੱਖਰਾ ਫਿਰ ਦੁਬਾਰਾ ਹੋ ਸਕਦਾ ਹੈ ਚਾਹੇ ਉਸ ਨੂੰ ਤੁਸੀਂ ਹੁਣ ਦੁੱਧ ਦੇ ਵਿੱਚ ਪਾਣੀ ਹੈ ਉਹਨੂੰ ਉਬਾਲਣਾ ਸ਼ੁਰੂ ਕਰ ਦਿਓ ਤਾਂ ਦੁੱਧ ਆਪਣੇ ਆਪ ਖਤਮ ਹੋ ਜਾਂਦਾ ਲੇਕਿਨ ਦੁੱਧ ਜਿਹੜਾ ਉਹ ਪਾਣੀ ਦਾ ਉਹਨੇ ਭਾਫ ਬਣ ਕੇ ਉੱਡ ਜਾਣਾ ਤੇ ਦੁੱਧ ਰਹਿ ਜਾਣਾ ਇਸ ਤਰ੍ਹਾਂ ਕੈਮੀਕਲਸ ਹੈਗੇ ਆ ਜਿਹੜੇ ਕਿ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਇੱਕ ਮਿਕ ਨਹੀਂ ਹੁੰਦੇ ਇਸ ਕਰਕੇ ਚੀਜ਼ ਉਹੋ ਜਿਹੀ ਬਣੇ ਬਿਲਕੁਲ ਜਿਹੜੀ ਕਿ ਉਹਨੂੰ ਇੱਕ ਹੀ ਕੈਮੀਕਲ ਦੂਜਾ ਕੈਮੀਕਲ ਵੀ ਸੇਮ ਹੋਵੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਰਲਾ ਦਿਓ ਕੋਈ ਫਰਕ ਨਹੀਂ ਪੈਦਾ ਨਹੀਂ ਤਾਂ ਰਿਐਕਸ਼ਨ ਹੋਏਗਾ ਕੈਮੀਕਲ ਅਗਰ ਡਿਫਰੈਂਟ ਕੈਮੀਕਲ ਹੋਏਗਾ ਨਾ ਤਾਂ ਉਹਦਾ ਰਿਐਕਟ ਹੋਏਗਾ ਹੁਣ ਉਹ ਪਰਮਾਤਮਾ ਦੇ ਨਾਲ ਮਿਲਣ ਦੀ ਗੱਲ ਕਰਦੇ ਆ ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਪਰ ਫਿਰ ਮਿਲਿਆ ਕਿਵੇਂ ਜਾ ਸਕਦਾ ਜੇ ਅਸੀਂ ਉਹਦੇ ਵਰਗੇ ਹੋਵਾਂਗੇ ਜਿਹੜੇ ਗੁਣ ਪਰਮਾਤਮਾ ਦੇ ਅੰਦਰ ਹੈ ਜੇਕਰ ਉਹੀ ਗੁਣ ਜੀਵ ਦੇ ਵਿੱਚ ਪੈਦਾ ਹੋਣਗੇ ਤੇ ਫਿਰ ਹੀ ਉਹਦੇ ਨਾਲ ਮਿਲਾਪ ਹੋ ਸਕਦਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਬਿਲਕੁਲ ਸੋ ਇਸ ਕਰਕੇ ਸਾਡੇ ਅੰਦਰ ਹੈਗੇ ਹੁਣ ਅਸੀਂ ਔਗੁਣਾਂ ਦੇ ਨਾਲ ਭਰੇ ਹਾਂ ਉਹ ਪਰਮਾਤਮਾ ਜਿਹੜਾ ਉਹ ਗੁਣਾਂ ਦੇ ਨਾਲ ਭਰਿਆ ਤੇ ਸਾਡਾ ਆਪਸ ਵਿੱਚ ਕੋਈ ਮੇਲ ਨਹੀਂ ਹੁੰਦਾ ਇਸ ਕਰਕੇ ਅਸੀਂ ਪਰਮਾਤਮਾ ਦੇ ਨਾਲ ਉਹ ਵਿਛੜੇ ਹੋਏ ਹਾਂ ਸਾਡਾ ਮਿਲਾਪ ਇਸੇ ਕਰਕੇ ਪਰਮਾਤਮਾ ਨਾਲ ਨਹੀਂ ਹੋ ਸਕਦਾ ਕਿਉਂਕਿ ਸਾਡਾ ਸਾਡੇ ਵਿੱਚ ਔਗਣ ਹਨ ਤੇ ਪਰਮਾਤਮਾ ਦੇ ਵਿੱਚ ਗੁਣ ਹਨ ਤੇ ਉਸੇ ਕਰਕੇ ਸਾਨੂੰ ਹੁਣ ਗੁਣਾਂ ਦੀ ਪ੍ਰਾਪਤੀ ਕਰਨ ਲਈ ਜੀਵ ਨੂੰ ਤੇ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਮਿਲਣਾ ਹੈ ਇਹੀ ਸਾਨੂੰ ਸਿੱਖਿਆ ਜਿਹੜੀ ਹੈ ਬੋਲ ਕੇ ਸਤਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਦੇ ਆ ਗਿਆਨੀ ਜੀ ਟਾਈਮ ਆਪਣੇ ਕੋਲ ਥੋੜ੍ਹਾ ਰਹਿ ਗਿਆ ਹੁਣ ਬਿਲਕੁਲ 2 ਮਿੰਟ ਆ ਅਤੇ ਅਖੀਰ ਦੇ ਵਿੱਚ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਮੈਂ ਤੁਹਾਨੂੰ ਇਹੋ ਬੇਨਤੀ ਕਰੂੰਗਾ ਕਿ ਵੀ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹਾਂ ਸੰਗਤਾਂ ਨੂੰ ਵੀ ਜਿਹੜਾ ਵੱਲੋਂ ਗੁਰੂ ਦੇ ਗੁਣਾਂ ਬਾਰੇ ਆਪਾਂ ਸਤਿਗੁਰਾਂ ਦੇ ਗੁਣਾਂ ਦੇ ਬਾਰੇ ਥੋੜ੍ਹਾ ਜਿਹਾ ਸਮਝਣ ਦਾ ਯਤਨ ਕੀਤਾ ਹੈ ਕਿ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀ ਸਾਨੂੰ ਸਮਝਾਇਆ ਅਤੇ ਇਸੇ ਤਰ੍ਹਾਂ ਆਪਾਂ ਲੜੀਵਾਰ ਸਿਸਟਮ ਜਿਹੜਾ ਆਪਣਾ ਚੱਲਣਾ ਹੈ ਉਹਦੇ ਵਿੱਚ ਆਪਾਂ ਇਹੀ ਸਮਝਣ ਦਾ ਯਤਨ ਕਰਨਾ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਫਿਰ ਵੀ ਕਰਾਂਗਾ ਕਿ ਅਸੀਂ ਬਹੁਤ ਲੋਅ ਲੈਵਲ ਵਾਲੇ ਹਾਂ ਸਾਡਾ ਆਤਮਿਕ ਜੀਵਨ ਕੋਈ ਬਹੁਤ ਉੱਚਾ ਨਹੀਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੇ ਇਸ ਜੀਵਨ ਨੂੰ ਕਿਵੇਂ ਉੱਚਾ ਕਰਨਾ ਔਰ ਉਹਦੇ ਲਈ ਸਾਨੂੰ ਜਿਹੜੀਆਂ ਜਿਹੜੀਆਂ ਗੱਲਾਂ ਜਿਸ ਤਰ੍ਹਾਂ ਆਪਾਂ ਤੁਰਦੇ ਜਾਵਾਂਗੇ ਸਾਨੂੰ ਸਮਝ ਆਉਂਦੀ ਜਾਏਗੀ ਕਿ ਕਿਸ ਤਰ੍ਹਾਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣਾ ਹੈ ਔਰ ਗੁਰਦੁਆਰਾ ਵਿੱਚ ਜਾ ਕੇ ਅਸੀਂ ਲਾਭ ਕਿਸ ਤਰ੍ਹਾਂ ਉਠਾਉਣਾ ਹੈ ਜਿਹਦੇ ਨਾਲ ਸਾਡਾ ਅਸੀਂ ਜਾਈਏ ਵੀ ਪਰ ਅਸੀਂ ਨੁਕਸਾਨ ਕਰਕੇ ਨਾ ਆਈਏ ਉਹਦੇ ਬਾਰੇ ਆਪਾਂ ਚਰਚਾ ਫਿਰ ਅੱਗੇ ਵੀ ਕਰਾਂਗੇ ਅਤੇ ਬਹੁਤ ਬਹੁਤ ਧੰਨਵਾਦ ਜੀ ਅਤੇ ਸਾਹ ਸੰਗਤ ਦਾ ਬਹੁਤ ਬਹੁਤ ਤਰਾਈ ਹੋਈ ਬੇਨਤੀ ਆ ਕਿ ਪ੍ਰੋਗਰਾਮ ਜ਼ਰੂਰ ਦੇਖੋ ਉਹ ਔਰ ਉਮੀਦ ਅਸੀਂ ਕਰਦੇ ਹਾਂ ਵੀ ਤੁਹਾਨੂੰ ਬਹੁਤ ਪਸੰਦ ਆਊਗਾ ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ